केपीडी न्यूज, हक सच और इंसाफ की आवाज। पूरे देश दियां 30 ਤੋਂ ਵੱਧ ਡਰਾਈਵਰ ਯੂਨੀਅਨਾਂ ਵੱਖ-ਵੱਖ ਟਰਾਂਸਪੋਰਟ ਦਾ ਕੰਮ ਕਰਦੇ ਛੋਟੇ ਤੇ ਵੱਡੇ ਵਾਹਨ ਮਾਲਕਾਂ ਨੇ ਆਪਣੇ ਦੁੱਖੜੇ ਸਾਂਝੇ ਕਰਨ ਲਈ ਯੂਨਾਈਟਿਡ ਡਰਾਈਵਰ ਯੂਨੀਅਨ ਦੇ ਬੈਨਰ ਹੇਠ 26 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਨਵੈਨਸ਼ਨ ਕਰਨ ਦਾ ਫੈਸਲਾ ਕੀਤਾ ਹੈ। ਪ੍ਰੈਸ ਕਲੱਬ 'ਚ ਪ੍ਰੈਸ ਕਾਨਫਰੰਸ ਦੌਰਾਨ ਬਲਦੇਵ ਸਿੰਘ ਭੁੱਲਰ ਸਰਪ੍ਰਸਤ ਅਤੇ ਗੁਰਮੀਤ ਸਿੰਘ ਔਲਖ ਪ੍ਰਧਾਨ ਪੰਜਾਬ ਨੇ ਕਿਹਾ ਕਿ 70 ਸਾਲਾਂ ਦੀ ਆਜ਼ਾਦੀ ਵਿੱਚ ਦੇਸ਼ ਦੀ ਕਿਸੇ ਵੀ ਸੂਬਾ ਅਤੇ ਕੇਂਦਰ ਸਰਕਾਰ ਨੇ ਕਦੀ ਵੀ ਡਰਾਈਵਰਾਂ ਦੀ ਬਾਤ ਨਹੀਂ ਪੁੱਛੀ। ਦੋਹਾਂ ਆਗੂਆਂ ਨੇ ਮੰਗ ਕੀਤੀ ਕਿ 60 ਸਾਲ ਦੀ ਉਮਰ ਬਾਅਦ ਡਰਾਈਵਰਾਂ ਨੂੰ ਪੈਨਸ਼ਨ ਮਿਲੇ, 10 ਲੱਖ ਦਾ ਬੀਮਾ ਹੋਵੇ, ਰੈੱਡ ਰੋਡ ਟੈਕਸ ਟੋਲ ਟੈਕਸ ਦੋਹਾਂ 'ਚੋਂ ਇੱਕ ਲਿਆ ਜਾਵੇ, DTO ਪੁਲਿਸ ਅਤੇ RTO ਡਰਾਈਵਰ ਨੂੰ ਤੰਗ ਕਰਨਾ ਬੰਦ ਕਰਨ, ਐਕਸੀਡੈਂਟ ਹੋਣ 'ਤੇ ਨਿਰਪੱਖ ਜਾਂਚ ਹੋਵੇ ਅਤੇ ਡਰਾਈਵਰਾਂ ਨੂੰ ਮੈਡੀਕਲ ਸਹੂਲਤਾਂ ਦਿੱਤੀਆਂ ਜਾਣ। ਜਲੰਧਰ ਤੋਂ ਰਵੀ ਗਿੱਲ ਅਤੇ ਸਾਹਿਲ ਮਲਹੋਤਰਾ ਦੀ ਰਿਪੋਰਟ। ਚਾਲਕ ਅਤੇ ਮਾਲਕ ਵੀਰਾਂ ਨੂੰ ਆ ਰਹੀਆਂ ਜਿਹੜੀਆਂ ਸਮੱਸਿਆ ਨੇ ਉਹਨਾਂ ਦੇ ਬਾਰੇ ਵਿਚਾਰ ਕੀਤੇ ਜਾਣਗੇ ਅਤੇ ਦੇਸ਼ ਦੀ ਜਿਹੜੀ ਇਹ ਸੈਕਿੰਡ ਕਨਵੈਨਸ਼ਨ ਹੈ ਅਤੇ ਪੰਜਾਬ ਦੀ ਪਹਿਲੀ ਹੈ, ਦੇਸ਼ ਦੇ ਵਿੱਚ ਡਰਾਈਵਰ ਨੂੰ ਮਿਲੇ ਅੰਤਰਿਕ ਸਿਪਾਹੀ ਦਾ ਦਰਜਾ, 20 ਲੱਖ ਦਾ ਦੁਰਘਟਨਾ ਬੀਮਾ, 10 ਲੱਖ ਦਾ ਮੈਡੀਕਲੇਮ ਅਤੇ 60 ਸਾਲ ਬਾਅਦ ਪੈਨਸ਼ਨ ਯੋਜਨਾ, ਉਹ ਤਮਾਮ ਚੀਜ਼ਾਂ ਦਿੱਤੀਆਂ ਜਾਣ। ਜਾਂ ਫਿਰ ਜਿਵੇਂ ਸਾਡੀਆਂ ਗੱਡੀਆਂ ਨੂੰ ਪਾਸ ਕਰਾਉਣ ਵਾਸਤੇ ਸਾਨੂੰ ਚੰਡੀਗੜ੍ਹ ਜਾਣਾ ਪੈਂਦਾ, ਉਹਨੂੰ ਡਿਸਟ੍ਰਿਕਟ ਲੈਵਲ 'ਤੇ ਕੀਤਾ ਜਾਵੇ। ਸੋ ਜਿਹੜੇ ਰੇਟ ਨੇ ਉਹ ਸਹੀ ਕੀਤੇ ਜਾਣ, ਵਨ ਨੇਸ਼ਨ ਵਨ ਟੈਕਸ ਕੀਤਾ ਜਾਵੇ। ਸੋ ਡਰਾਈਵਰ ਦੇ ਬੱਚਿਆਂ ਨੂੰ ਸਿਕਿਓਰ ਕਰਨ ਵਾਸਤੇ ਸਾਡੀ ਜਿਹੜੀ ਕਨਵੈਨਸ਼ਨ ਹੈ ਉਹ ਹੋਣ ਜਾ ਰਹੀ ਹੈ ਜੀ। ਸਰ ਤੁਹਾਡਾ ਨਾਮ ਕੀ? ਬਲਵੰਤ ਸਿੰਘ ਭੁੱਲਰ। ਤੁਹਾਡਾ ਰੈਂਕ ਕੀ ਹੈ? ਮੈਂ ਪ੍ਰੈਜੀਡੈਂਟ ਹੈ ਜੀ ਰਾਜਧਾਨੀ ਟੂਰ ਡਰਾਈਵਰ ਯੂਨੀਅਨ ਅਤੇ ਸਰਪ੍ਰਸਤ ਯੂਨਾਈਟਿਡ ਡਰਾਈਵਰ ਯੂਨੀਅਨ ਪੰਜਾਬ। ਔਰ ਕਿੰਨੇ ਡਰਾਈਵਰ ਤੁਹਾਡੇ ਨਾਲ ਇਸ ਟਾਈਮ ਇੰਸਟੀਟਿਊਸ਼ਨ ਜਿਹੜੀ ਤੁਹਾਡੀ ਆਰਗੇਨਾਈਜੇਸ਼ਨ ਨਾਲ ਜੁੜੇ ਹੋਏ? ਹੁਣ ਡਰਾਈਵਰਾਂ ਦੀ ਗਿਣਤੀ ਜਿਸ ਤਰ੍ਹਾਂ ਸਾਨੂੰ ਸਪੋਰਟ ਮਿਲ ਰਿਹਾ ਜੀ, ਹੁਣ ਸਾਨੂੰ ਸ਼ਾਇਦ ਗਿਣਤੀ ਨਾ ਕਰਨੀ ਪਵੇ, ਕਿਉਂਕਿ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਡਰਾਈਵਰ ਜਾਗਰੂਕ ਹੋ ਰਹੇ ਆ ਅਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਗਿਣਤੀ ਘੱਟ ਪੈ ਜਾਏਗੀ ਕਰਨੀ। ਬਹੁਤ ਸਾਨੂੰ ਲਗਭਗ ਦੇਸ਼ ਦੀਆਂ 30 ਯੂਨੀਅਨਾਂ ਵੱਡੀਆਂ ਸਾਡੇ ਨਾਲ ਆ ਚੁੱਕੀਆਂ ਨੇ ਅਤੇ ਹੁਣ ਡਰਾਈਵਰਾਂ ਦੀ ਤਾਂ ਗਿਣਤੀ ਆਪਣੇ ਆਪ ਵੱਧ ਜਾਏਗੀ। ਅਤੇ ਕਿੰਨੇ ਕੁ ਉਮੀਦ ਕਿੰਨੀ ਕੁ ਆਉਂਦੀ ਜਿਹੜੇ 26 ਤਰੀਕ ਨੂੰ ਆਉਣ? ਸਾਡੇ ਹਾਲ ਤੋਂ ਜ਼ਿਆਦਾ ਹੀ ਹੋਣਗੇ ਜੀ, ਜਿੱਦਾਂ ਵੱਡਾ ਹਾਲ ਆ ਉਸ ਤੋਂ ਜ਼ਿਆਦਾ ਹੀ ਵੀਰ ਸਾਡੇ ਪਹੁੰਚਣਗੇ, ਜਿੰਨਾ ਕੁ ਸਾਨੂੰ ਉਤਸ਼ਾਹ ਮਿਲਿਆ। ਔਰ ਮੇਨ ਮੁੱਖ ਮੰਗਾਂ ਕੀ ਹੈਗੇ? ਮੰਗਾਂ ਜਿਵੇਂ ਮੈਂ ਕਿਹਾ ਜੀ, ਸਾਥੀ ਸੁਰੱਖਿਆ ਕਾਰਡ ਪਹਿਲਾਂ ਦਾ ਡਰਾਈਵਰ ਨੂੰ ਦਿੱਤਾ ਜਾਵੇ, ਅੰਤਰਿਕ ਸਿਪਾਹੀ ਦਾ ਦਰਜਾ ਦਿੱਤਾ ਜਾਵੇ ਅਤੇ 20 ਲੱਖ ਦਾ ਜਿਹੜਾ ਦੁਰਘਟਨਾ ਬੀਮਾ ਅਤੇ 10 ਲੱਖ ਦੀ ਮੈਡੀਕਲੇਮ ਅਤੇ ਨਾਲ 60 ਸਾਲ ਬਾਅਦ ਪੈਨਸ਼ਨ ਯੋਜਨਾ ਅਤੇ ਜਿਹੜੀਆਂ ਕਮਰਸ਼ੀਅਲ ਗੱਡੀਆਂ ਨੂੰ ਚੰਡੀਗੜ੍ਹ ਪਾਸ ਕਰਾਉਣ ਵਾਸਤੇ ਜਾਣਾ ਪੈਂਦਾ ਆ, ਉਹਨਾਂ ਨੂੰ ਨਾ ਜਾਣਾ ਪਵੇ ਅਤੇ ਹਰ ਡਿਸਟ੍ਰਿਕਟ ਵਿੱਚ ਉਹਨਾਂ ਨੂੰ ਸ਼ੁਰੂ ਕੀਤਾ ਜਾਵੇ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।